ਸਲਾਮੁਅਲੈਕਮ ਅੱਜ ਮੈਂ ਗਾਜਰਾਂ ਦੀ ਖੀਰ ਬਣਾ ਹਲਵਾ ਬਣਾ ਰਹੀ ਹਾਂ ਜਿਸ ਨੂੰ ਅਸੀਂ ਕਹਿੰਦੇ ਗਜਰੇਲਾ ਉਹ ਮੈਂ ਗਜਰੇ ਕੱਦੂਕਸ ਮੇਰੇ ਕੋਲ ਚੌਪਰ ਹੈ ਮੈਂ ਉਸ ਨਾਲ ਨਹੀਂ ਕਰ ਸਕਦੀ ਚੌਪਰ ਦੇ ਵਿੱਚ ਮੈਂ ਕਰ ਰਹੀ ਹਾਂ ਇਹ ਦੇਖੋ ਲੈਚੀਆਂ ਵੀ ਪਾ ਰਹੀ ਹਾਂ ਉਹਦੇ ਨਾਲ ਜ਼ਰਾ ਅੱਛੀ ਖੁਸ਼ਬੂ ਆਉਂਦੀ ਹੈ ਅਤੇ ਮੈਂ ਦੂਜੇ ਪਕਾਇਆ ਫਿਰ ਇਸ 'ਚ ਥੋੜ੍ਹਾ ਜਿਹਾ ਖੋਆ ਪਾਵਾਂਗੀ ਦੁੱਧ ਦੇ ਵਿੱਚ ਔਰ ਖੋਆ ਪਾਓ ਨਾ ਤਾਂ ਘੀ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਇਹਦੇ 'ਚ ਘੀ ਨਹੀਂ ਤੁਸੀਂ ਪਾ ਸਕਦੇ ਬਿਲਕੁਲ ਖੁਸ਼ਕ ਹੋਏਗਾ ਖੁਸ਼ਕੀ ਹਲਕਾ ਜਿਹਾ ਵਿੱਚ ਹੁੰਦਾ ਘੀ ਕਿਉਂਕਿ ਜਦੋਂ ਤੁਸੀਂ ਦੁੱਧ ਪਾਉਂਦੇ ਆ ਨਾ ਇਹਦੇ ਵਿੱਚ 4 ਕਿਲੋ ਦੁੱਧ 5 ਕਿਲੋ ਦੁੱਧ ਪਾਇਆ ਹੈ ਮੈਂ 5 ਕਿਲੋ ਦੁੱਧ 'ਚ ਪੱਕਿਆ ਉਸ ਤੋਂ ਬਾਅਦ ਇਹ ਹੁਣ ਨਾ ਇਸ ਨੂੰ ਇਸਦੇ ਵਿੱਚ ਖੋਆ ਪਾਉਂਗੀ ਥੋੜ੍ਹਾ ਜਿਹਾ ਉਹਦੇ ਨਾਲ ਇਹ ਆ ਕਿ ਇਹਦਾ ਟੇਸਟ ਚੇਂਜ ਹੋ ਜਾਂਦਾ ਅਗਰ ਤੁਸੀਂ ਦੁੱਧ ਖੋਆ ਨਹੀਂ ਪਾਉਣਾ ਚਾਹੁੰਦੇ ਤਾਂ ਖੋਏ ਤੋਂ ਬਗੈਰ ਵੀ ਜਿਹੜਾ ਹੁੰਦਾ ਹੈ ਨਾ ਉਹ ਤੁਸੀਂ ਦੁੱਧ ਫਿਰ ਜ਼ਿਆਦਾ ਪਾਓ ਦੁੱਧ ਕਮ ਅਜ਼ ਕਮ ਇਹਦੇ ਵਿੱਚ 10 ਕਿਲੋ 5 ਕਿਲੋ ਗਾਜਰਾਂ 10 ਕਿਲੋ ਦੁੱਧ ਤਦ ਅੱਛਾ ਬਣਦਾ ਵਰਨਾ ਨਹੀਂ ਟੇਸਟੀ ਹੁੰਦਾ ਇਹ ਹੁਣ ਅੱਜ 5 ਤੋਂ ਕਮ ਹੀ ਆ ਗਾਜਰਾਂ ਅਤੇ ਮੈਂ ਕਿਹਾ ਥੋੜ੍ਹਾ ਜਿਹਾ ਬਣਾਓ ਜਿਹੜਾ ਖਾ ਲਓ ਦੇਖੋ ਅੱਜ ਕੱਲ੍ਹ ਮੈਨੂੰ ਜ਼ੁਕਾਮ ਚੱਲ ਰਿਹਾ ਮੇਰਾ ਬਹੁਤ ਜ਼ਿਆਦਾ ਤਬੀਅਤ ਗੜਬੜ ਹੈ ਇਹ ਦੇਖੋ ਬਸ ਇਹ ਦੇਖੋ ਮਾਸ਼ਾਅੱਲਾ ਤਿਆਰ ਹੋ ਗਿਆ ਮੇਰਾ ਗਜਰੇਲਾ ਕੋਈ ਇਸਨੂੰ ਕੁਛ ਕਹਿੰਦਾ ਕੋਈ ਹਲਵਾ ਕਹਿੰਦਾ ਕੋਈ ਕੁਛ ਕਹਿੰਦਾ ਅਸੀਂ ਇਹਨੂੰ ਗਜਰੇਲਾ ਕਹਿੰਦੇ ਹਾਂ ਲੋਕ ਦੁੱਧ ਦਾ ਜਿਹੜਾ ਬਣਾਉਂਦੇ ਦੁੱਧ ਦੇ ਵਿੱਚ ਹੁੰਦਾ ਜਿਹਨੂੰ ਅਸੀਂ ਖੀਰ ਕਹਿੰਦੇ ਹਾਂ ਉਹ ਗਜਰੇਲਾ ਕਹਿੰਦੇ ਆ ਅਤੇ ਇਹਨੂੰ ਲੋਕ ਹਲਵਾ ਕਹਿੰਦੇ ਅਸੀਂ ਇਹਨੂੰ ਗਜਰੇਲਾ ਕਹਿੰਦੇ ਹਾਂ ਜੋ ਵੀ ਕੋਈ ਆਪਣੇ ਅਲਫਾਜ਼ਾਂ 'ਚ ਕਹਿ ਸਕਦਾ ਉਹ ਕਵੇ ਮਗਰ ਇਹ ਦੇਖੋ ਮੈਂ ਜੋ ਕਰ ਸਕਦੀ ਹਾਂ ਮੈਂ ਕਰਦੀ ਹਾਂ ਮੇਰੀ ਜਿਤਨੀ ਹਿੰਮਤ ਹੈ ਮੇਰੀ ਏਜ ਤਕਰੀਬਨ 70 ਦੇ ਕਰੀਬ ਹੈ ਮੈਂ ਫਿਰ ਵੀ ਆਪਣਾ ਕੰਮ ਜੋ ਮੇਰਾ ਦਿਲ ਕਰਦਾ ਮੈਂ ਚੀਜ਼ਾਂ ਬਣਾਉਂਦੀ ਹਾਂ ਕਰਦੀ ਹਾਂ ਮੇਰੀ ਤੁਸੀਂ ਵੀਡੀਓ ਵੀ ਦੇਖੀਆਂ ਮੈਂ ਕੰਮ ਜਿਹੜੇ ਕਰਦੀ ਹਾਂ ਮੈਂ ਹਰ ਚੀਜ਼ ਸਬਜ਼ੀ ਜੋ ਵੀ ਹੈ ਨਾ ਮੈਂ ਪਹਿਲਾਂ ਰੈਡੀ ਕਰਕੇ ਰੱਖਦੀ ਹਾਂ ਅਤੇ ਇਹ ਹੁਣ ਮੈਂ ਆਪੇ ਗਾਜਰਾਂ ਕਿ ਛਿੱਲੀਆਂ ਛਿੱਲ ਕੇ ਉਹਨਾਂ ਨੂੰ ਚੌਪ ਕੀਤਾ ਕਰਕੇ ਅਤੇ ਉਹਨੂੰ ਮੈਂ ਚੁੱਲ੍ਹੇ 'ਤੇ ਰੱਖਿਆ ਇਹਦੇ 'ਚ ਮੈਂ ਕਮ ਅਜ਼ ਕਮ 5 ਕਿਲੋ ਗਾਜਰਾਂ ਅਤੇ 5 ਕਿਲੋ ਇਹਦੇ ਵਿੱਚ ਦੁੱਧ 1.25 ਕਿਲੋ ਇਹਦੇ 'ਚ ਹੋਣਾ ਫਿਰ ਮੈਂ ਇਹਦੇ ਵਿੱਚ ਚੀਨੀ ਵੀ ਪਾਈ ਆ ਫਿਰ ਮੈਂ ਇਹਦੇ ਵਿੱਚ ਖੋਆ ਪਾਇਆ ਖੋਆ ਹੋਣਾ ਮੇਰਾ 1/2 ਕਿਲੋ ਤਕਰੀਬਨ ਅਤੇ ਫਿਰ ਇਹਨੂੰ ਅੱਛੀ ਤਰ੍ਹਾਂ ਮੈਂ ਭੁੰਨਿਆ ਹੈ ਫਿਰ ਜਦੋਂ ਦੁੱਧ ਪਾ ਦਿੰਦੀ ਹੁੰਦੀ ਹਾਂ ਅਤੇ ਖੋਆ ਪਾ ਦੇਵਾਂ ਫਿਰ ਮੈਂ ਘੀ ਦਾ ਯੂਜ਼ ਘੱਟ ਕਰਦੀ ਹੁੰਦੀ ਘੀ ਨਹੀਂ ਫਿਰ ਮੈਂ ਪਾਉਂਦੀ ਕਿਉਂਕਿ ਉਹਨਾਂ ਦੋਨਾਂ ਚੀਜ਼ਾਂ 'ਚ ਖੋਏ 'ਚ ਵੀ ਘੀ ਨਿਕਲ ਜਾਂਦਾ ਔਰ ਦੁੱਧ ਦੇ ਵਿੱਚ ਵੀ ਜਿਹੜਾ ਉਹਦਾ ਖੋਆ ਬਣ ਜਾਂਦਾ ਤਾਂ ਉਹਦਾ ਵੀ ਘੀ ਨਿਕਲ ਜਾਂਦਾ ਇਸ ਲਈ ਮੈਂ ਘੀ ਨਹੀਂ ਯੂਜ਼ ਕਰਦੀ ਜੇ ਘੀ ਪਾਵਾਂ ਤਾਂ ਘੀ ਮੈਂ ਫਿਰ ਦੇਸੀ ਪਾਉਂਦੀ ਹੁੰਦੀ ਥੋੜ੍ਹਾ ਜਿਹਾ ਅਤੇ ਵਰਨਾ ਇੰਨੀ ਇਹ ਤੁਸੀਂ ਦੇਖ ਸਕਦੇ ਕਿ ਇਹਦੇ ਵਿੱਚ ਜ਼ਰੂਰਤ ਨਹੀਂ ਹੈ ਕਿ ਘੀ ਪਾਵਾਂ
इंशाल्लाह तुसी इनू लाइक करियो, शेयर करियो, सब्सक्राइब करियो, बैल का बटन जरूर दबायो, मेरी आने वाली वीडियो थोड़े तक जरूर पहुँचदियाँ रहन। इंशाल्लाह ये मेरी हौसला अफजाई लई मेरे लिए कोई कमेंट्स करियो। इंशाल्लाह ताला जिंदगी हुई तो अगली वीडियो च मुलाकात होएगी इंशाल्लाह ताला। अल्लाह हाफिज़।